ਭਾਰਤ ਵਿੱਚ ਸਥਾਈ ਸਥਾਪਨ ਕਦੋਂ ਸ਼ੁਰੂ ਕੀਤਾ ਗਿਆ? ਜਿਹੜਾ ਭਾਰਤ ਵਿੱਚ ਸਥਾਈ ਸਥਾਪਨ ਹੈ ਇਸ ਨੂੰ ਅਸੀਂ ਬੰਗਾਲ ਦੇ ਸਥਾਈ ਸਥਾਪਨ ਜਾਂ ਬੰਗਾਲ ਦਾ ਸਥਾਈ ਬੰਦੋਬਸਤ ਦੇ ਨਾਮ ਨਾਲ ਵੀ ਜਾਣਦੇ ਹਾਂ। 1793 ਵਿੱਚ ਲਾਰਡ ਕਾਰਨਵਾਲਸ ਨੇ ਇੱਕ ਨਵੀਂ ਕਰ ਪ੍ਰਣਾਲੀ ਸ਼ੁਰੂ ਕੀਤੀ ਸੀ ਜਿਸ ਰਾਹੀਂ ਜ਼ਿਮੀਂਦਾਰ ਕਿਸਾਨਾਂ ਤੋਂ ਜ਼ਮੀਨੀ ਕਰ ਲੈ ਕੇ ਸਰਕਾਰੀ ਖਜ਼ਾਨੇ ਵਿੱਚ ਇੱਕ ਨਿਸ਼ਚਿਤ ਰਕਮ ਜਮ੍ਹਾਂ ਕਰਾਉਂਦੇ ਸਨ। ਠੀਕ ਹੈ ਜੀ, 1793 AD, ਯਾਨੀ ਕਿ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਚਾਰਲਸ ਵੁੱਡ ਪੱਤਰ ਸੰਬੰਧਿਤ ਹੈ। ਜਿਹੜਾ ਚਾਰਲਸ ਵੁੱਡ ਸੀ ਇਹਨੇ 1854 ਦੇ ਵਿੱਚ ਲਾਰਡ ਡਲਹੌਜ਼ੀ ਨੂੰ ਇੱਕ ਡਿਸਪੈਚ ਲਿਖਿਆ ਸੀ ਜਿਸ ਵਿੱਚ ਉਸਨੇ ਲਿਖਿਆ ਕਿ ਪ੍ਰਾਇਮਰੀ ਸਿੱਖਿਆ ਉਹ ਮਾਤ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ, ਜਿਹੜੀ ਹਾਈ ਸਕੂਲ ਵਾਲੀ ਸਿੱਖਿਆ ਹੈ ਉਹ ਮਾਤ ਭਾਸ਼ਾ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ, ਅਤੇ ਜਿਹੜੀ ਕਾਲਜ ਲੈਵਲ ਦੀ ਸਿੱਖਿਆ ਹੈ ਉਹ ਅੰਗਰੇਜ਼ੀ ਦੇ ਵਿੱਚ ਹੋਣੀ ਚਾਹੀਦੀ ਹੈ। ਇਹ ਚਾਰਲਸ ਵੁੱਡ ਨੇ ਔਰਤਾਂ ਦੀ ਸਿੱਖਿਆ ਤੇ ਵੀ ਜ਼ੋਰ ਦਿੱਤਾ। ਇਸ ਪੱਤਰ ਨੂੰ ਮੈਗਨਾ ਕਾਰਟਾ ਆਫ ਇੰਗਲਿਸ਼ ਐਜੂਕੇਸ਼ਨ ਇਨ ਇੰਡੀਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਹੀ ਉੱਤਰ ਹੈ ਜੀ ਇਹਦਾ ਐਜੂਕੇਸ਼ਨ ਬੀ ਆਪਸ਼ਨ ਹੈ ਜੀ। 93 ਕੁਐਸਚਨ ਹੈ ਜੀ, ਅਵਧ ਦੇ ਰਾਜ ਤੇ ਕਦੋਂ ਅਧਿਕਾਰ ਕੀਤਾ ਗਿਆ? ਜਿਹੜਾ ਅਵਧ ਸੀ ਇੱਕ ਭਾਰਤ ਦਾ ਇੱਕ ਕਾਫੀ ਮਹਾਨ ਰਾਜ ਸੀ। ਇਸਦੇ ਉੱਪਰ ਨਵਾਬ ਵਜੀਦ ਅਲੀ ਸ਼ਾਹ ਰਾਜ ਕਰਦਾ ਸੀ। ਫਰਵਰੀ 1856 ਨੂੰ ਅੰਗਰੇਜ਼ਾਂ ਨੇ ਅਵਧ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਸੀ। ਯਾਨੀ ਕਿ 93 ਕੁਐਸਚਨ ਦਾ ਸਹੀ ਜਵਾਬ ਹੈ ਜੀ 1856 ਡੀ ਆਂਸਰ ਹੈ ਜੀ। ਇਸ ਤੋਂ ਬਾਅਦ 94 ਕੁਐਸਚਨ ਹੈ ਜੀ, ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਕਿੱਥੇ ਹੋਇਆ ਸੀ? ਦੇਖੋ ਜੀ, ਜਿਹੜੀ ਭਾਰਤੀ ਰਾਸ਼ਟਰੀ ਕਾਂਗਰਸ ਹੈ ਇਸ ਨੂੰ ਇੱਕ ਅੰਗਰੇਜ਼ ਰਿਟਾਇਰਡ ਸਿਵਲ ਅਧਿਕਾਰੀ AO ਹਿਊਮ ਨੇ 1885 ਦੇ ਵਿੱਚ ਬਣਾਇਆ ਸੀ। ਇਹਦਾ ਜਿਹੜਾ ਪਹਿਲਾ ਸੈਸ਼ਨ ਹੋਇਆ ਸੀ ਉਹ ਬੰਬੇ ਦੇ ਵਿੱਚ ਹੋਇਆ ਸੀ ਜੀ। ਇਹਦਾ ਜਵਾਬ ਹੈ ਜੀ ਬੰਬੇ ਵਿਖੇ, ਬੀ ਸਹੀ ਜਵਾਬ ਹੈ ਜੀ ਇਹਦਾ 94 ਕੁਐਸਚਨ ਦਾ। 95 ਪ੍ਰਸ਼ਨ ਹੈ ਜੀ, ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸਨੇ ਕੀਤੀ ਸੀ? ਇਹ ਜਿਹੜਾ ਪਹਿਲਾ ਸੈਸ਼ਨ ਹੋਇਆ ਭਾਰਤੀ ਰਾਸ਼ਟਰੀ ਕਾਂਗਰਸ ਦਾ, ਇਹਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ WC ਬੈਨਰਜੀ, ਜਿਸ ਨੂੰ ਅਸੀਂ ਵੋਮੇਸ਼ ਚੰਦਰ ਬੈਨਰਜੀ ਦੇ ਨਾਮ ਨਾਲ ਵੀ ਜਾਣਦੇ ਹਾਂ, ਠੀਕ ਹੈ, ਇਹਨਾਂ ਨੇ ਕੀਤੀ ਸੀ। ਇਸ ਸੈਸ਼ਨ ਦੇ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਤੋਂ 72 ਡੈਲੀਗੇਟ ਆਏ ਸਨ। 95 ਕੁਐਸਚਨ ਦਾ ਆਂਸਰ ਹੈ ਜੀ WC ਬੈਨਰਜੀ। 96 ਕੁਐਸਚਨ ਹੈ ਜੀ, ਵੈਨ ਵਾਜ ਦਾ ਬੰਗਾਲ ਪ੍ਰੋਵਿੰਸ ਪਾਰਟੀਸ਼ਨਡ, ਬੰਗਾਲ ਦੇ ਸੂਬੇ ਦੀ ਵੰਡ ਕਦੋਂ ਹੋਈ ਸੀ? ਜਿਹੜਾ ਬੰਗਾਲ ਦਾ ਸੂਬਾ ਹੈ ਜੀ 16 ਅਕਤੂਬਰ 1905 ਨੂੰ ਅੰਗਰੇਜ਼ਾਂ ਨੇ ਲੋਕਾਂ ਨੂੰ ਵੰਡ ਕੇ ਉਹਨਾਂ ਦੀ ਰਾਜਨੀਤਿਕ ਸ਼ਕਤੀ ਨੂੰ ਘੱਟ ਕਰਨ ਦੇ ਲਈ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਇੱਕ ਨਵਾਂ ਰਾਜ ਯਾਨੀ ਕਿ ਪੂਰਬੀ ਬੰਗਾਲ ਬਣਾਇਆ ਗਿਆ ਜਿਸ ਨੂੰ ਬਾਅਦ ਵਿੱਚ ਅਸੀਂ ਪੂਰਬੀ ਪਾਕਿਸਤਾਨ ਦੇ ਨਾਮ ਨਾਲ ਜਾਣਦੇ ਸੀ ਅਤੇ ਹੁਣ ਉਸਨੂੰ ਬੰਗਲਾਦੇਸ਼ ਦੇ ਨਾਮ ਨਾਲ ਜਾਣਦੇ ਹਾਂ। ਇਹਦਾ ਸਹੀ ਜਵਾਬ ਹੈ ਜੀ ਬੀ, AD 1905 ਵਿੱਚ ਬੰਗਾਲ ਦੀ ਵੰਡ ਹੋਈ ਸੀ। 97 ਪ੍ਰਸ਼ਨ ਤੁਹਾਡੇ ਸਾਹਮਣੇ ਜੀ, ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਨਰਮ ਖਿਆਲੀਆ ਲੀਡਰ ਦੀ ਪਹਿਚਾਣ ਕਰੋ। ਦੇਖੋ ਜੀ, ਜਿਹੜੀ ਭਾਰਤੀ ਰਾਸ਼ਟਰੀ ਕਾਂਗਰਸ ਹੈ ਇਹਦੇ ਜਿਹੜਾ ਸੂਰਤ ਸੈਸ਼ਨ ਹੋਇਆ ਸੀ ਜੀ 1907 ਦੇ ਵਿੱਚ, 1907 ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਸੀ ਜਿਹਨੂੰ ਤੁਸੀਂ ਨਰਮ ਖਿਆਲੀਏ ਤੇ ਗਰਮ ਖਿਆਲੀਏ ਕਹਿੰਦੇ ਆ। ਇਹ ਜਿਹੜੇ ਦੋ ਹਿੱਸੇ ਸੀ, ਜਿਹੜੇ ਗਰਮ ਖਿਆਲੀਏ ਸੀ ਉਹਨਾਂ ਦੇ ਵਿੱਚ ਸੀ ਸਾਡੇ ਕੋਲ ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ ਤੇ ਬਿਪਨ ਚੰਦਰ ਪਾਲ, ਠੀਕ ਹੈ। ਇਹ ਜਿਹੜਾ ਦਾਦਾ ਬਾਈ ਨਾਰੋ ਜੀ ਇਹ ਨਰਮ ਖਿਆਲੀਏ ਸਨ, ਯਾਨੀ ਕਿ ਇਹਦਾ ਸਹੀ ਜਵਾਬ ਹੈ ਜੀ ਏ, ਦਾਦਾ ਬਾਈ ਨਾਰੋ ਜੀ। 98 ਕੁਐਸਚਨ ਹੈ ਜੀ, ਸਰ ਸੈਯਦ ਅਹਿਮਦ ਖਾਨ ਬਿਲੋਂਗ ਟੂ ਦਾ ਸਿਟੀ ਆਫ, ਸਰ ਸੈਯਦ ਅਹਿਮਦ ਖਾਨ ਕਿਸ ਸ਼ਹਿਰ ਨਾਲ ਸੰਬੰਧਿਤ ਸਨ? ਜਿਹੜੇ ਸਰ ਸੈਯਦ ਅਹਿਮਦ ਖਾਨ ਨੇ, ਇਹਨਾਂ ਨੂੰ ਆਪਾਂ ਸਰ ਸੈਯਦ ਦੇ ਨਾਮ ਨਾਲ ਵੀ ਜਾਣਦੇ ਹਾਂ, ਇਹ ਦਿੱਲੀ ਦੇ ਨਾਲ ਸੰਬੰਧ ਰੱਖਦੇ ਸਨ, ਠੀਕ ਹੈ। 98 ਕੁਐਸਚਨ ਦਾ ਸਹੀ ਜਵਾਬ ਹੈ ਜੀ ਏ ਆਪਸ਼ਨ, ਦਿੱਲੀ। 99 ਕੁਐਸਚਨ ਹੈ ਜੀ, ਹੂ ਵਾਜ ਨਾਟ ਦਾ ਪਾਰਟ ਆਫ ਖਿਲਾਫਤ ਕਮੇਟੀ, ਕੌਣ ਖਿਲਾਫਤ ਕਮੇਟੀ ਦਾ ਹਿੱਸਾ ਨਹੀਂ ਸੀ? ਹਾਂਜੀ, ਆ ਜਿਹੜਾ ਖਿਲਾਫਤ ਕਮੇਟੀ ਦੇ ਵਿੱਚ MA ਜਿੰਨਾ ਸਾਹਿਬ ਨਹੀਂ ਸਨ। 99 ਕੁਐਸਚਨ ਦਾ ਸਹੀ ਜਵਾਬ ਡੀ ਹੈ ਜੀ MA ਜਿੰਨਾ। ਵੇਅਰ ਵਾਜ ਦਾ ਮਦਨ ਲਾਲ ਢੀਂਗਰਾ ਐਗਜੀਕਿਊਟਡ, ਜਾਂ ਕਹਿ ਲਓ ਮਦਨ ਲਾਲ ਢੀਂਗਰਾ ਨੂੰ ਕਿੱਥੇ ਫਾਂਸੀ ਦਿੱਤੀ ਗਈ ਸੀ? ਮਦਨ ਲਾਲ ਢੀਂਗਰਾ ਜੀ ਨੂੰ 17 ਅਗਸਤ 1909 ਨੂੰ ਪੈਂਟਨ ਵਿਲਸ ਜੇਲ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਸਹੀ ਜਵਾਬ ਹੈ ਜੀ ਇਹਦਾ ਲੰਡਨ। 101 ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ, ਹੂ ਵਾਜ ਦਾ ਲੈਫਟੀਨੈਂਟ ਗਵਰਨਰ ਆਫ ਪੰਜਾਬ ਇਨ ਅਪ੍ਰੈਲ 1919, ਅਪ੍ਰੈਲ 1919 ਵਿੱਚ ਭਾਰਤ ਦਾ ਲੈਫਟੀਨੈਂਟ ਗਵਰਨਰ ਕੌਣ ਸੀ? ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਪ੍ਰੈਲ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ ਹੋਇਆ ਸੀ, ਤੇ ਉਹਦਾ ਜੋ ਉਸ ਵੇਲੇ ਜੋ ਲੈਫਟੀਨੈਂਟ ਗਵਰਨਰ ਸੀ ਮਾਈਕਲ ਓ ਡਵਾਇਰ ਸੀ, ਮਾਈਕਲ ਓ ਡਵਾਇਰ ਸੀ, ਠੀਕ ਹੈ ਜੀ।
ਤੇ ਇਸ ਖੂਨੀ ਸਾਕੇ ਦਾ ਬਦਲਾ 1940 ਵਿੱਚ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਮਾਰ ਕੇ ਲਿਆ ਸੀ। 102 ਪ੍ਰਸ਼ਨ ਹੈ ਜੀ ਤੁਹਾਡੇ ਸਾਹਮਣੇ, ਜਲਿਆਂਵਾਲਾ ਬਾਗ ਕਿਸ ਸ਼ਹਿਰ ਵਿੱਚ ਸਥਿਤ ਹੈ? ਸਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਲਿਆਂਵਾਲਾ ਬਾਗ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ। ਆਈਡੈਂਟੀਫਾਈ ਦਾ ਅਪਰ ਹਾਊਸ ਇਨ ਇੰਡੀਅਨ ਪਾਰਲੀਮੈਂਟ, ਭਾਰਤੀ ਸੰਸਦ ਦੇ ਉੱਪਰਲੇ ਸਦਨ ਦੀ ਪਛਾਣ ਕਰੋ। ਭਾਰਤੀ ਰਾਸ਼ਟਰੀ ਸੰਸਦ ਦੇ ਦੋ ਸਦਨ ਨੇ ਜੀ, ਉੱਪਰਲਾ ਸਦਨ ਤੇ ਹੇਠਲਾ ਸਦਨ। ਉੱਪਰਲੇ ਸਦਨ ਨੂੰ ਅਸੀਂ ਰਾਜ ਸਭਾ ਕਹਿੰਦੇ ਹਾਂ ਤੇ ਹੇਠਲੇ ਸਦਨ ਨੂੰ ਲੋਕ ਸਭਾ ਕਹਿੰਦੇ ਹਾਂ। 103 ਪ੍ਰਸ਼ਨ ਦਾ ਸਹੀ ਜਵਾਬ ਹੈ ਜੀ ਰਾਜ ਸਭਾ। 104 ਪ੍ਰਸ਼ਨ ਹੈ ਜੀ, ਹੂ ਇਜ਼ ਦਾ ਚੇਅਰਪਰਸਨ ਆਫ ਰਾਜ ਸਭਾ, ਰਾਜ ਸਭਾ ਦਾ ਪ੍ਰਧਾਨ ਕੌਣ ਹੈ? ਰਾਜ ਸਭਾ ਦੀ ਪ੍ਰਧਾਨਗੀ ਭਾਰਤ ਦਾ ਉਪ ਰਾਸ਼ਟਰਪਤੀ ਕਰਦਾ ਹੈ। 104 ਪ੍ਰਸ਼ਨ ਦਾ ਸਹੀ ਜਵਾਬ ਸੀ ਹੈ ਜੀ। 105 ਪ੍ਰਸ਼ਨ ਹੈ ਜੀ, ਵੇਅਰ ਇਜ਼ ਦਾ ਸੀਟ ਆਫ ਇੰਡੀਅਨ ਸੁਪਰੀਮ ਕੋਰਟ ਸਿਚੁਏਟਡ, ਭਾਰਤੀ ਸਰਵ ਉੱਚ ਅਦਾਲਤ ਦੀ ਸੀਟ ਕਿੱਥੇ ਹੈ? ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤੀ ਸਰਵ ਉੱਚ ਅਦਾਲਤ ਦਿੱਲੀ ਵਿਖੇ ਹੈ। 105 ਪ੍ਰਸ਼ਨ ਦਾ ਸਹੀ ਜਵਾਬ ਬੀ ਹੈ ਜੀ। 106 ਪ੍ਰਸ਼ਨ ਹੈ ਜੀ, ਸਰਕਾਰੀਆ ਕਮਿਸ਼ਨ ਜਾਣਿਆ ਜਾਂਦਾ ਹੈ? ਸਰਕਾਰੀਆ ਕਮਿਸ਼ਨ 1983 ਈਸਵੀ ਵਿੱਚ ਜਸਟਿਸ ਰਣਜੀਤ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਬਣਾਇਆ ਗਿਆ ਸੀ। ਇਹ ਸੈਂਟਰ ਤੇ ਸਟੇਟ ਦਾ ਜੋ ਰਿਲੇਸ਼ਨਸ਼ਿਪ ਹੈ ਇਹਨਾਂ ਬਾਰੇ ਬਣਾਇਆ ਗਿਆ ਸੀ। ਪਹਿਲਾ ਜਵਾਬ ਹੈ ਜੀ ਏ, ਕੇਂਦਰ ਰਾਜ ਸੰਬੰਧਾਂ ਲਈ ਜਾਂ ਸੈਂਟਰ ਸਟੇਟ ਰਿਲੇਸ਼ਨਸ਼ਿਪ। 107 ਪ੍ਰਸ਼ਨ ਹੈ ਜੀ, ਭਾਰਤ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਪ੍ਰਚਲਿਤ ਹੈ? ਸਾਨੂੰ ਪਤਾ ਹੈ ਕਿ ਭਾਰਤ ਵਿੱਚ ਬਹੁ ਪਾਰਟੀ ਪ੍ਰਣਾਲੀ ਪ੍ਰਚਲਿਤ ਹੈ, ਸਰਕਾਰ ਬਣਾ ਸਕਦੇ ਹਾਂ ਜਿਹਦੇ ਵਿੱਚ ਜਿੰਨੀਆਂ ਮਰਜ਼ੀ ਪਾਰਟੀਆਂ ਹਿੱਸਾ ਲੈ ਸਕਦੀਆਂ ਹਨ। 108 ਪ੍ਰਸ਼ਨ ਹੈ ਜੀ, ਦਾ ਆਈਡੀਆ ਆਫ ਪੰਚਸ਼ੀਲ ਇਜ ਐਸੋਸੀਏਟਡ ਵਿਦ, ਦੇਖੋ ਜਿਹੜਾ ਪੰਚਸ਼ੀਲ ਦਾ ਵਿਚਾਰ ਹੈ ਇਹ ਭਾਰਤ ਤੇ ਚੀਨ ਦੇ ਦਰਮਿਆਨ 1954 ਦੇ ਵਿੱਚ ਲਗਭਗ 5 ਸੰਧੀਆਂ ਹੋਈਆਂ ਸੀ, ਜਿਹੜਾ ਪੰਡਿਤ ਨਹਿਰੂ ਜੀ ਨੇ ਚੀਨ ਦੇ ਜਿਹੜੇ ਮੋਤਬਰ ਸੀ ਉਹਨਾਂ ਦੇ ਨਾਲ ਕੀਤੀਆਂ ਸੀ। ਇਹਦਾ ਸਹੀ ਜਵਾਬ ਹੈ ਜੀ ਬੀ, ਆਈਡੀਆ ਆਫ ਪੰਚਸ਼ੀਲ ਭਾਰਤ ਦੇ ਨਾਲ ਸੰਬੰਧਿਤ ਹੈ। 109 ਪ੍ਰਸ਼ਨ ਹੈ ਜੀ, ਨੈਲਸਨ ਮੰਡੇਲਾ ਕਿਸ ਦੇਸ਼ ਨਾਲ ਸੰਬੰਧਿਤ ਹੈ? ਨੈਲਸਨ ਮੰਡੇਲਾ ਜਿਹੜੇ ਨੇ ਇਹ ਦੱਖਣੀ ਅਫਰੀਕਾ ਦੇ ਨਾਲ ਸੰਬੰਧਿਤ ਹਨ। 110 ਪ੍ਰਸ਼ਨ ਹੈ ਜੀ, ਆਈਡੈਂਟੀਫਾਈ ਦਾ ਸੈਕਿੰਡ ਪ੍ਰੈਜ਼ੀਡੈਂਟ ਆਫ ਇੰਡੀਅਨ ਰਿਪਬਲਿਕ, ਦੇਖੋ ਜੀ ਜਿਹੜੇ ਭਾਰਤ ਦੇ ਰਾਸ਼ਟਰਪਤੀ ਹੋਏ ਨੇ ਇਹਨਾਂ ਦੇ ਵਿੱਚ ਸਭ ਤੋਂ ਪਹਿਲੇ ਰਾਸ਼ਟਰਪਤੀ ਸਨ ਡਾਕਟਰ ਰਜਿੰਦਰ ਪ੍ਰਸਾਦ, ਦੂਸਰੇ ਰਾਸ਼ਟਰਪਤੀ ਸਨ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ, ਜਿਨ੍ਹਾਂ ਨੂੰ ਆਪਾਂ ਐਸ ਰਾਧਾ ਕ੍ਰਿਸ਼ਨਨ ਦੇ ਨਾਮ ਨਾਲ ਵੀ ਜਾਣਦੇ ਹਾਂ, ਤੇ ਇਹ ਆਂਸਰ ਹੈ ਜੀ ਐਸ ਰਾਧਾ ਕ੍ਰਿਸ਼ਨਨ ਭਾਰਤ ਦੇ ਦੂਸਰੇ ਰਾਸ਼ਟਰਪਤੀ ਸਨ। ਇਹ ਜਿਹੜੇ ਜਾਕਰ ਹੁਸੈਨ ਨੇ ਇਹ ਤੀਸਰੇ ਸਨ ਤੇ ਵੀਵੀ ਗਿਰੀ ਇਹ ਚੌਥੇ ਰਾਸ਼ਟਰਪਤੀ ਸਨ। ਠੀਕ ਹੈ ਜੀ, ਇਸ ਤੋਂ ਬਾਅਦ 111ਵਾਂ ਕੁਐਸਚਨ ਹੈ ਜੀ, ਆਈਡੈਂਟੀਫਾਈ ਦਾ ਫਸਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦੀ ਪਛਾਣ ਕਰੋ। ਸਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾਕਟਰ ਐਸ ਰਾਧਾ ਕ੍ਰਿਸ਼ਨਨ ਜੀ ਸਨ, ਡੀ ਆਪਸ਼ਨ ਸਹੀ ਹੈ ਜੀ। 112 ਕੁਐਸਚਨ ਹੈ ਜੀ, ਵਟ ਇਜ਼ ਦਾ ਨੰਬਰ ਆਫ ਸੀਟਸ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ, ਪੰਜਾਬ ਵਿਧਾਨ ਸਭਾ ਦੀਆਂ ਵਿੱਚ ਸੀਟਾਂ ਦੀ ਗਿਣਤੀ ਕਿੰਨੀ ਹੈ? ਪੰਜਾਬ ਵਿਧਾਨ ਸਭਾ ਦੀਆਂ ਸੀਟਾਂ 117 ਹਨ। 112ਵੇਂ ਕੁਐਸਚਨ ਦਾ ਸਹੀ ਜਵਾਬ ਬੀ ਹੈ ਜੀ। 113ਵਾਂ ਪ੍ਰਸ਼ਨ ਹੈ ਜੀ, ਸਿੰਧ ਵਿੱਚ ਮੋਹਿੰਜੋਦੜੋ ਦੇ ਟਿਕਾਣੇ ਦੀ ਖੁਦਾਈ ਕਿਸਨੇ ਕੀਤੀ? ਮੋਹਿੰਜੋਦੜੋ ਜਿਹੜਾ ਸੀ ਇਹਦੀ ਜਿਹੜੀ ਖੁਦਾਈ ਸੀ ਇਹ ਆਰ ਡੀ ਬੈਨਰਜੀ ਨੇ 1922 ਦੇ ਵਿੱਚ ਕੀਤੀ ਸੀ। 1922 ਈਸਵੀ ਦੇ ਵਿੱਚ ਆਰ ਡੀ ਬੈਨਰਜੀ ਨੇ ਮੋਹਿੰਜੋਦੜੋ ਦੇ ਟਿਕਾਣੇ ਦੀ ਖੁਦਾਈ ਕੀਤੀ ਸੀ। 114ਵਾਂ ਪ੍ਰਸ਼ਨ ਹੈ ਜੀ, ਰਿਗਵੇਦ ਵਿੱਚ ਸ਼ਬਦ ਅਸਵ ਦਾ ਕੀ ਅਰਥ ਹੈ? ਜੀ ਰਿਗਵੇਦ ਵਿੱਚ ਅਸਵ ਦਾ ਅਰਥ ਹੁੰਦਾ ਹੈ ਜੀ ਘੋੜਾ, ਸੀ ਜਵਾਬ ਹੈ ਜੀ। 115ਵਾਂ ਪ੍ਰਸ਼ਨ ਹੈ ਜੀ, ਅਸ਼ਟਾਂਗਿਕਾ ਮਾਰਗ ਕੀ ਹੈ? ਅਸ਼ਟਾਂਗਿਕਾ ਮਾਰਗ ਕੀ ਹੈ? ਅਸ਼ਟਾਂਗਿਕਾ ਮਾਰਗ ਹੈ ਜੀ ਅੱਠ ਪੰਦਰੀ ਰਸਤਾ। ਬੁੱਧ ਧਰਮ ਦੇ ਵਿੱਚ ਅਸ਼ਟਾਂਗਿਕਾ ਮਾਰਗ ਦੇ ਵਿੱਚ 8 ਪ੍ਰੈਕਟਿਸ ਨੇ, ਜਿਨ੍ਹਾਂ ਦੇ ਵਿੱਚ ਸੱਚੇ ਵਿਚਾਰ, ਸੱਚੀ ਇੱਛਾ, ਸੱਚਾ ਬੋਲ, ਸੱਚਾ ਆਚਰਣ, ਸੱਚੀ ਰਹਿਣੀ, ਸੱਚੇ ਯਤਨ, ਸੱਚਾ ਸੰਕਲਪ ਤੇ ਸੱਚੀ ਤਪੱਸਿਆ ਸ਼ਾਮਲ ਹੈ। ਬੀ ਜਵਾਬ ਸਹੀ ਹੈ ਜੀ 115ਵੇਂ ਦਾ। 116ਵਾਂ ਕੁਐਸਚਨ ਹੈ ਜੀ, ਪੀਆ ਦਾਸੀ ਐਮਪਾਇਰ ਅਸ਼ੋਕ ਸੈਕਿੰਡ ਨੇਮ ਵਾਜ ਡਿਸਕਵਰਡ ਇਨ, ਸਮਰਾਟ ਅਸ਼ੋਕ ਦਾ ਦੂਸਰਾ ਨਾਮ ਪੀਆ ਦਾਸੀ ਖੋਜਿਆ ਗਿਆ ਸੀ। ਸਮਰਾਟ ਅਸ਼ੋਕ ਦਾ ਦੂਸਰਾ ਨਾਮ ਪੀਆ ਦਾਸੀ ਸੀ, ਇਹ ਖੋਜਿਆ ਗਿਆ ਸੀ ਜੀ 1915 ਦੇ ਵਿੱਚ। 1915 ਦੇ ਵਿੱਚ 116 ਪ੍ਰਸ਼ਨ ਦਾ ਆਂਸਰ ਹੈ ਜੀ ਸੀ।
117वां क्वेश्चन है जी, पुलकेशन टू कौन सी? पुलकेशन टू एक चुलुकिया राजा सी, 610 तो लैके 642 तक के रहा है जी। 117वें प्रश्न का उत्तर है जी चुलुकिया राजा, ये जवाब सही है जी। 118वां क्वेश्चन है जी, बाजार निजतावान नू हेठ दित्तियां विचों किसने शुरू किया सी? देखो जी, जिहड़ा अलाउद्दीन खिलजी है जां जिहड़ी खिलजी सल्तनत हुई है, इहदे विच अलाउद्दीन खिलजी नू असीं जाणदे हां बाजार निजतावान दी शुरुआत करन दे लई। सी जवाब इहदा बिल्कुल सही है जी, 118वें क्वेश्चन दा सी जवाब है। 119वां क्वेश्चन है जी, अबुल फजल वाज इन द कोर्ट ऑफ अबुल फजल इस दे राज विच सी? जिहड़ा अबुल फजल सी ये अकबर दे राज विच सी, इसने अकबरनामा लिखिया जिहदे विच अकबर दी राज बारे गल कीती है, आईने अकबरी भी इसने ही लिखी है। 120 क्वेश्चन है जी तुहाडे सामने, द ब्रिटिश ईस्ट इंडिया कंपनी एस्टैब्लिश द ड्यूल सिस्टम इन, मतलब ब्रिटिश ईस्ट इंडिया कंपनी ने दोहरा प्रबंध स्थापित किया किस राज विच? जी इन्हां ने बंगाल दे विच दोहरा प्रबंध स्थापित किया सी, रॉबर्ट क्लाइव ने यह शुरू किया सी 1765 तो लैके 1772 ईस्वी तक ये दोहरा शासन रहा। 121 क्वेश्चन है जी, एल नीनो की है या एल नीनो है? एल नीनो जी एक गर्म महासागर तरंग है, भूमध रेखा के नेड़े टेंपरेचर हाई रहने के करके ये अंतरराष्ट्रीय जिहड़ा साडा सागर है उहदे विच गर्म महासागर तरंग नां दा इफेक्ट निकलता है, जिहनूं आपां एल नीनो कहिंदे आ। सी ऑप्शन सही है जी। 122 क्वेश्चन है जी, विच कंट्री इज कॉल्ड द लैंड ऑफ राइजिंग सन? किहड़ा देश चढ़दे सूरज की धरती कहाउंदा है? चढ़दे सूरज की धरती कहाउंदा है जी जापान, जापान नूं असीं चढ़दे सूरज की धरती भी कहिंदे आ। 122 दा डी ऑप्शन सही है जी। 123 क्वेश्चन है जी, विच एरिया इज नॉट लिंक्ड टू द इंडियन ओशियन? किहड़ा खेत्र भारतीय महासागर नाल जुड़िया नहीं है? जिहड़ा भारतीय महासागर है जिहनूं आपां इंडियन ओशियन कहिंदे आ, ठीक है जी, ਇਹਦੇ ਉੱਤਰ ਦੇ ਵਿੱਚ ਏਸ਼ੀਆ ਮਹਾਂਦੀਪ ਹੈ, ਇਹਦੇ ਪੱਛਮ ਦੇ ਵਿੱਚ ਅਫਰੀਕਾ ਮਹਾਂਦੀਪ ਹੈ, ਇਹਦੇ ਪੂਰਬ ਦੇ ਵਿੱਚ ਆਸਟ੍ਰੇਲੀਆ ਮਹਾਂਦੀਪ ਹੈ, ਇਹ ਤਿੰਨੇ ਜੁੜੇ ਹੋਏ ਨੇ ਇਹਦੇ ਨਾਲ। ਆ ਜਿਹੜਾ ਆਰਕਟਿਕ ਹੈ, ਆਰਕਟਿਕ ਇਹ ਇੰਡੀਅਨ ਓਸ਼ੀਅਨ ਦੇ ਨਾਲ ਨਹੀਂ ਜੁੜਦਾ, ਠੀਕ ਹੈ। 123 ਕੁਐਸਚਨ ਦਾ ਆਨਸਰ ਹੈ ਜੀ ਸੀ। 124 ਕੁਐਸਚਨ ਹੈ ਜੀ, ਪੰਜਾਬ ਵਿੱਚ ਮਿੱਟੀ ਦੀ ਕਿਹੜੀ ਕਿਸਮ ਪ੍ਰਮੁੱਖ ਹੈ? ਜਿਹੜੀ ਪੰਜਾਬ ਦੀ ਮਿੱਟੀ ਹੈ ਇਹਨੂੰ ਅਸੀਂ ਜਲੌੜ ਮਿੱਟੀ ਦੇ ਨਾਮ ਨਾਲ ਜਾਣਦੇ ਹਾਂ, ਪੰਜਾਬ ਦੇ ਵਿੱਚ ਜਲੌੜ ਮਿੱਟੀ ਜ਼ਿਆਦਾ ਹੁੰਦੀ ਹੈ। 124 ਕੁਐਸਚਨ ਦਾ ਬੀ ਆਪਸ਼ਨ ਹੈ ਜੀ। 125 ਕੁਐਸਚਨ ਹੈ ਜੀ, ਆਈਡੈਂਟੀਫਾਈ ਦਾ ਸਟੇਟ ਨਾਟ ਹੈਵਿੰਗ ਜੂਮਿੰਗ ਟਾਈਪ ਆਫ ਫਾਰਮਿੰਗ। ਇਹ ਜਿਹੜੀ ਝੂਮਿੰਗ ਖੇਤੀ ਹੈ ਇਹ ਉੱਤਰ ਪੂਰਬੀ ਰਾਜਾਂ ਦੇ ਵਿੱਚ ਖਾਸ ਕਰਕੇ ਕੀਤੀ ਜਾਂਦੀ ਹੈ। ਆਹ ਜਿਹੜੇ ਉੱਤਰ ਪੂਰਬੀ ਰਾਜ ਨੇ ਅਸਾਮ, ਨਾਗਾਲੈਂਡ, ਮਿਜ਼ੋਰਮ, ਇਹਨਾਂ ਦੇ ਵਿੱਚ ਇਹ ਕੀਤੀ ਜਾਂਦੀ ਹੈ, ਠੀਕ ਹੈ, ਪਰ ਹਰਿਆਣੇ ਦੇ ਵਿੱਚ ਨਹੀਂ ਕੀਤੀ ਜਾਂਦੀ। ਹਰਿਆਣਾ ਤਾਂ ਉੱਤਰੀ ਹੈ ਰਾਜ, ਸਾਡੇ ਪੰਜਾਬ ਦੇ ਨੇੜੇ ਹੈ, ਠੀਕ ਹੈ, ਇੱਥੇ ਜੁਬਿੰਗ ਟਾਈਪ ਦੀ ਖੇਤੀ ਹੁੰਦੀ। ਹੁਣ ਜੁਬਿੰਗ ਟਾਈਪ ਦੀ ਖੇਤੀ ਦੇ ਵਿੱਚ ਕਰਦੇ ਕੀ ਹੈ? ਜੁਬਿੰਗ ਟਾਈਪ ਦੇ ਜੁਬਿੰਗ ਟਾਈਪ ਦੀ ਖੇਤੀ ਦੇ ਵਿੱਚ ਜੰਗਲ ਦੇ ਕਿਸੇ ਹਿੱਸੇ ਨੂੰ ਅੱਗ ਲਗਾ ਦਿੰਦੇ, ਜਿਹਦੇ ਨਾਲ ਜਿਹੜੀ ਸਵਾਹ ਹੈ ਉਹ ਜ਼ਮੀਨ ਤੇ ਜਦੋਂ ਆਉਂਦੀ ਹੈ ਤਾਂ ਉਹਦੇ ਨਾਲ ਮਿੱਟੀ ਦੀ ਕਹਿੰਦੇ ਉਪਜਾਊ ਸ਼ਕਤੀ ਵੱਧਦੀ ਹੈ। ਇਸ ਤਰ੍ਹਾਂ ਦੀ ਖੇਤੀ ਨੂੰ ਆਪਾਂ ਜੁਬਿੰਗ ਟਾਈਪ ਦੀ ਖੇਤੀ ਕਹਿੰਦੇ ਹਾਂ। ਇਹ ਕੀਤੀ ਜਾਂਦੀ ਹੈ ਜੀ ਉੱਤਰ ਪੂਰਬੀ ਰਾਜਾਂ ਦੇ ਵਿੱਚ, ਹਰਿਆਣੇ ਦੇ ਵਿੱਚ ਨਹੀਂ ਕੀਤੀ ਜਾਂਦੀ। 125 ਕੁਐਸਚਨ ਦਾ ਆਨਸਰ ਹੈ ਜੀ ਹਰਿਆਣਾ। 126ਵਾਂ ਕੁਐਸਚਨ ਹੈ ਜੀ, ਹੇਠ ਦਿੱਤਿਆਂ ਵਿੱਚੋਂ ਕਿਹੜਾ ਭਾਰਤ ਦੇ ਪੈਟਰੋਲੀਅਮ ਦਾ 63% ਯੋਗਦਾਨ ਪਾਉਂਦਾ ਹੈ? ਭਾਰਤ ਦੇ ਪੈਟਰੋਲੀਅਮ ਦਾ 63% ਯੋਗਦਾਨ ਮੁੰਬਈ ਹਾਈ ਵੱਲੋਂ ਪਾਇਆ ਜਾਂਦਾ ਹੈ। ਬੀ ਆਪਸ਼ਨ ਸਹੀ ਹੈ ਜੀ। 127ਵਾਂ ਕੁਐਸਚਨ ਹੈ ਜੀ, ਆਈਡੈਂਟੀਫਾਈ ਦਾ ਨੌਨ ਫੂਡ ਕ੍ਰੌਪ। ਦੇਖੋ ਜਿਹੜੀ ਨੌਨ ਫੂਡ ਕ੍ਰੌਪ ਹੈ, ਦੇਖੋ ਆਹ ਜਿਹੜੀ ਜੂਟ ਹੈ, ਪਟਸਨ, ਰਬੜ, ਕਾਟਨ, ਇਹ ਸਾਰੀਆਂ ਹੀ ਨੌਨ ਫੂਡ ਕ੍ਰੌਪ ਨੇ। ਇਹਦਾ ਆਨਸਰ ਹੈ ਜੀ ਇਹ ਸਾਰੇ, ਆਲ ਆਫ ਦੀਜ਼। 127 ਕੁਐਸਚਨ ਦਾ ਡੀ ਆਪਸ਼ਨ ਸਹੀ ਹੈ ਜੀ। 128 ਕੁਐਸਚਨ ਹੈ ਜੀ, ਵਟ ਇਜ਼ ਦਾ ਰਿਕਾਰਡਡ ਫੋਰੈਸਟ ਏਰੀਆ ਇਨ ਪੰਜਾਬ? ਪੰਜਾਬ ਵਿੱਚ ਰਿਕਾਰਡ ਕੀਤਾ ਜੰਗਲਾਤ ਖੇਤਰ ਕਿੰਨਾ ਹੈ? ਪੰਜਾਬ ਦੇ ਵਿੱਚ ਜੰਗਲਾਤ ਖੇਤਰ ਬਹੁਤ ਘੱਟ ਹੈ ਜੀ, ਇਹ ਹੈ ਜੀ ਸਿਰਫ 6%। 128 ਦਾ ਏ ਹੈ ਜੀ ਜਵਾਬ, 128 ਪ੍ਰਸ਼ਨ ਦਾ 6% ਉੱਤਰ ਹੈ ਜੀ। 129 ਪ੍ਰਸ਼ਨ ਹੈ ਜੀ, ਓਜ਼ੋਨ ਲੇਅਰ ਇਜ਼ ਲੋਕੇਟਡ ਇਨ? ਓਜ਼ੋਨ ਪਰਤ ਕਿਹੜੀ ਲੇਅਰ ਦੇ ਵਿੱਚ ਸਥਿਤ ਹੈ ਜੀ? ਐਟਮੋਸਫੀਅਰ ਦੀਆਂ ਜੀ 4 ਲੇਅਰਸ ਨੇ, ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਲੇਅਰ ਜਿਹੜੀ ਹੈ ਉਹ ਹੈ ਜੀ ਟ੍ਰੋਪੋਸਫੀਅਰ ਹੁੰਦੀ ਹੈ ਜੀ। ਇਹ 0 ਤੋਂ ਲੈ ਕੇ 10 ਕਿਲੋਮੀਟਰ ਤੱਕ ਇਹੀ ਹੈ ਟ੍ਰੋਪੋਸਫੀਅਰ। ਦੂਸਰੀ ਲੇਅਰ ਹੈ ਜੀ ਸਟ੍ਰੈਟੋਸਫੀਅਰ, ਉਹ ਜ਼ੋਨ ਲੇਅਰ ਇਹਦੇ ਵਿੱਚ ਹੀ ਹੁੰਦੀ ਹੈ, ਉਹ ਜ਼ੋਨ ਲੇਅਰ ਸਟ੍ਰੈਟੋਸਫੀਅਰ ਦੇ ਵਿੱਚ ਹੁੰਦੀ ਹੈ। ਇਸ ਤੋਂ ਉੱਪਰ ਜਿਹੜੀ ਸਟ੍ਰੈਟੋਸਫੀਅਰ ਹੈ ਇਹ 10 ਕਿਲੋਮੀਟਰ ਤੋਂ ਲੈ ਕੇ 50 ਕਿਲੋਮੀਟਰ ਤੱਕ ਹੁੰਦੀ ਹੈ ਜੀ। ਜਿਹੜੀ ਮੈਸੋਸਫੀਅਰ ਹੈ ਜਾਂ ਮੀਜੋਸਫੀਅਰ ਹੈ
ਇਹ 50 ਤੋਂ ਲੈ ਕੇ 80-85 ਕਿਲੋਮੀਟਰ ਤੱਕ ਹੁੰਦੀ ਹੈ ਜੀ। ਅਤੇ ਲਾਸਟ 'ਤੇ ਬਚਦੀ ਹੈ ਆਈਨੋਸਫੀਅਰ, ਜਿਹੜੀ ਸਭ ਤੋਂ ਅਪਰ ਲੇਅਰ ਹੈ। ਓਜ਼ੋਨ ਲੇਅਰ ਕਾਹਦੇ ਵਿੱਚ ਹੈ ਜੀ? ਸਟ੍ਰੈਟੋਸਫੀਅਰ ਦੇ ਵਿੱਚ। 129 ਕੁਐਸਚਨ ਦਾ ਬੀ ਆਪਸ਼ਨ ਸਹੀ ਹੈ ਜੀ, ਬੀ ਜਵਾਬ ਹੈ ਇਹਦਾ। 130 ਕੁਐਸਚਨ ਤੁਹਾਡੇ ਸਾਹਮਣੇ ਹੈ ਜੀ, ਡੈਸੀਬਲ ਇਸਦੇ ਮਾਪ ਦਾ ਮਿਆਰ ਹੈ। ਜਿਹੜਾ ਡੈਸੀਬਲ ਹੈ, ਡੈਸੀਬਲ ਇੱਕ ਇਕਾਈ ਹੈ ਜਿਹਦੇ ਵਿੱਚ ਅਸੀਂ ਸ਼ੋਰ ਨੂੰ ਮਈਅਰ ਕਰਦੇ ਹਾਂ। ਜਿਹੜਾ ਸ਼ੋਰ ਪ੍ਰਦੂਸ਼ਣ ਹੈ ਇਹਨੂੰ ਅਸੀਂ ਡੈਸੀਬਲ ਇਕਾਈ ਦੇ ਵਿੱਚ ਮਈਅਰ ਕਰਦੇ ਹਾਂ। ਮਾਪ ਦਾ ਮਤਲਬ ਜਿਵੇਂ ਅਸੀਂ ਡਿਸਟੈਂਸ ਨੂੰ ਮੀਟਰਾਂ 'ਚ ਕਰਦੇ ਹਾਂ ਜੀ, ਠੀਕ ਹੈ, ਇਸੇ ਤਰ੍ਹਾਂ ਆਪਾਂ ਸ਼ੋਰ ਨੂੰ ਡੈਸੀਬਲ ਦੇ ਵਿੱਚ ਕਰਦੇ ਹਾਂ। 130 ਦਾ ਜਵਾਬ ਹੈ ਜੀ ਬੀ। 131 ਪ੍ਰਸ਼ਨ ਹੈ ਜੀ, ਕਾਈਟੋ ਪ੍ਰੋਟੋਕੋਲ 1997 ਦੇ ਵਿੱਚ ਅਪਣਾਇਆ ਗਿਆ ਸੀ, ਕਿੱਥੇ ਅਪਣਾਇਆ ਗਿਆ ਸੀ? ਜਿਹੜਾ 1997 ਦੇ ਵਿੱਚ ਕਾਈਟੋ ਪ੍ਰੋਟੋਕੋਲ ਸੀ ਇਹ ਜਪਾਨ ਦੇ ਵਿੱਚ ਅਪਣਾਇਆ ਗਿਆ ਸੀ। ਇਹਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਅਮਿਸ਼ਨ ਨੂੰ ਘੱਟ ਕਰਨ ਵਾਸਤੇ ਯਤਨ ਕਰਨ ਬਾਰੇ ਗੱਲ ਕੀਤੀ ਗਈ ਸੀ। 132ਵਾਂ ਕੁਐਸਚਨ ਸਕਰੀਨ ਤੇ ਤੁਹਾਡੇ ਸਾਹਮਣੇ ਹੈ ਜੀ, ਸਮਾਜਿਕ ਖੋਜ ਦੇ ਉਦੇਸ਼ ਦੀ ਪਛਾਣ ਕਰੋ। ਸਮਾਜਿਕ ਖੋਜ ਦੇ ਉਦੇਸ਼ ਦੀ ਪਛਾਣ ਕਰੋ, ਸਮਾਜ ਦੇ ਕੰਮਾਂ ਦੀ ਸਮਝ, ਬਿਲਕੁਲ ਸਹੀ ਹੈ ਜੀ। ਵਿਅਕਤੀਗਤ ਵਿਵਹਾਰ ਤੇ ਸਮਾਜਿਕ ਕਾਰਜ ਦਾ ਅਧਿਐਨ, ਇਹ ਵੀ ਸਹੀ ਹੈ ਜੀ। ਸਿਧਾਂਤਾਂ ਦਾ ਵਿਕਾਸ, ਇਹ ਵੀ ਸਹੀ ਹੈ ਜੀ। ਜਾਂ ਕਹਿ ਲਓ ਕਿ ਸਾਰੇ ਆਪਸ਼ਨ ਸਹੀ ਨੇ, ਡੀ ਆਪਸ਼ਨ ਇਹਦਾ ਹੈ ਜੀ। 132 ਕੁਐਸਚਨ ਦਾ ਡੀ ਜਵਾਬ ਹੈ ਜੀ। 133ਵਾਂ ਕੁਐਸਚਨ ਹੈ ਜੀ, ਇਹ ਹਾਈਪੋਥੀਸਿਸ ਇਜ਼, ਇੱਕ ਪਰਿਕਲਪਨਾ ਹੈ ਜੀ। ਜਿਹੜਾ ਹਾਈਪੋਥੀਸਿਸ ਹੁੰਦਾ ਇਹਦੇ ਵਿੱਚ ਤੁਸੀਂ ਕਿਸੇ ਗੱਲ ਬਾਰੇ ਅਜੇ ਜਾਣਕਾਰੀ ਲੈਣੀ ਹੁੰਦੀ ਹੈ, ਤੁਸੀਂ ਉਹਨੂੰ ਮੰਨ ਕੇ ਚੱਲਦੇ ਹੋ, ਠੀਕ ਹੈ ਜੀ। ਹਾਈਪੋਥੀਸਿਸ ਕੀ ਹੁੰਦਾ? ਚਰਾਂ ਵਿਚਕਾਰ ਸੰਬੰਧ ਬਾਰੇ ਇੱਕ ਮਾਨਤਾ, ਜਿਹੜੀ ਤੁਸੀਂ ਮਾਨਤਾ ਬਣਾ ਕੇ ਚੱਲਦੇ ਹੋ, ਆਪਾਂ ਹਾਈਪੋਥੀਸਿਸ ਕਹਿੰਦੇ ਹਾਂ, ਠੀਕ ਹੈ ਜੀ। ਵੱਖ ਵੱਖ ਵਿਕਲਪਾਂ ਵਿਚਲਾ ਜਿਹੜਾ ਸੰਬੰਧ ਹੈ ਉਹਦੀ ਇੱਕ ਮਾਨਤਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਹਾਈਪੋਥੀਸਿਸ। 133ਵੇਂ ਦਾ ਏ ਆਂਸਰ ਹੈ ਜੀ। 134ਵਾਂ ਸਵਾਲ ਦਾ ਤੁਹਾਡੇ ਸਾਹਮਣੇ ਜੀ, ਸੈਂਪਲਿੰਗ ਤਕਨੀਕ ਦੇ ਲਾਭ ਕਿਹੜੇ ਹਨ? ਸੈਂਪਲਿੰਗ ਤਕਨੀਕ ਦੇ ਲਾਭ ਕਿਹੜੇ ਹਨ? ਇਹ ਸਾਰੇ ਹੀ ਸੈਂਪਲਿੰਗ ਤਕਨੀਕ ਦੇ ਲਾਭ ਨੇ। ਇਹ ਸਮੇਂ ਦੀ ਬਚਤ ਵੀ ਕਰਦਾ ਹੈ, ਇਕਾਈਆਂ ਦਾ ਨੂੰ ਵਿਨਾਸ਼ ਤੋਂ ਵੀ ਬਚਾਉਂਦਾ ਹੈ, ਸਰੋਤਿਆਂ ਵੱਲੋਂ ਵਧੇਰੇ ਸਹਿਯੋਗ ਪ੍ਰਾਪਤ ਕਰਦਾ ਹੈ, ਜਾਂ ਕਹਿ ਲਓ ਅਪਰੋਤਕ ਸਾਰੇ। 134 ਪ੍ਰਸ਼ਨ ਦਾ ਆਂਸਰ ਹੈ ਜੀ ਡੀ। 135ਵਾਂ ਪ੍ਰਸ਼ਨ ਹੈ ਜੀ, ਸਮਾਜ ਸ਼ਾਸਤਰ ਵਿੱਚ ਆਦਰਸ਼ ਕਿਸਮ ਦੀ ਧਾਰਨਾ ਦਾ ਪ੍ਰਤਿਪਾਦਨ ਕਿਸਨੇ ਕੀਤਾ ਸੀ? ਸਮਾਜ ਸ਼ਾਸਤਰ, ਜਿਹਨੂੰ ਆਪਾਂ ਸੋਸ਼ੋਲੋਜੀ ਵੀ ਕਹਿੰਦੇ ਹਾਂ, ਇਹਨਾਂ ਦੇ ਵਿੱਚੋਂ ਜਿਹੜਾ ਮੈਕਸ ਵੈਬਰ ਹੈ, ਇਹ ਇੱਕ ਸੋਸ਼ੋਲੋਜਿਸਟ ਹੈ ਜਿਹਨੇ ਆਈਡੀਅਲ ਟਾਈਪ ਆਫ ਸੋਸ਼ੋਲੋਜੀ ਬਾਰੇ ਕਨਸੈਪਟ ਪੇਸ਼ ਕੀਤਾ ਸੀ? ਮੈਕਸ ਵੈਬਰ। 135 ਕੁਐਸਚਨ ਦਾ ਆਂਸਰ ਹੈ ਜੀ ਬੀ। ਇਸ ਤੋਂ ਬਾਅਦ 136ਵਾਂ ਕੁਐਸਚਨ ਹੈ ਜੀ, ਇੰਟਰਵਿਊ ਇਜ਼, ਇੰਟਰਵਿਊ ਕੀ ਹੈ? ਦੇਖੋ ਜੀ, ਇੰਟਰਵਿਊ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਮੌਖਿਕ ਸਵਾਲ ਜਵਾਬ, ਇਹਨੂੰ ਆਪਾਂ ਇੰਟਰਵਿਊ ਕਹਿੰਦੇ ਹਾਂ। 107ਵਾਂ ਪ੍ਰਸ਼ਨ ਦਾ ਆਂਸਰ ਹੈ ਜੀ ਏ, ਮੌਖਿਕ ਸਵਾਲ ਜਵਾਬ। 137ਵਾਂ ਪ੍ਰਸ਼ਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਪਾਰਟ ਆਫ ਸੋਸ਼ਲ ਸਾਇੰਸ? ਸਾਨੂੰ ਪਤਾ ਹੈ ਕਿ ਸਮਾਜਿਕ ਸਿੱਖਿਆ ਸੋਸ਼ੋਲੋਜੀ ਵੀ ਹੁੰਦੀ ਹੈ, ਇਕਨੋਮਿਕਸ ਵੀ ਹੁੰਦੀ ਹੈ, ਪੋਲੀਟੀਕਲ ਸਾਇੰਸ ਵੀ ਹੁੰਦੀ ਹੈ, ਪਰ ਮੈਥਮੈਟਿਕਸ ਨਹੀਂ ਹੁੰਦਾ। 137ਵੇਂ ਪ੍ਰਸ਼ਨ ਦਾ ਉੱਤਰ ਹੈ ਜੀ ਮੈਥਮੈਟਿਕਸ, ਜਾਂ ਕਹਿ ਲਓ ਗਣਿਤ। ਸੀ ਆਪਸ਼ਨ ਸਹੀ ਹੈ ਜੀ। 138ਵਾਂ ਪ੍ਰਸ਼ਨ ਹੈ ਜੀ, ਆਈਡੈਂਟੀਫਾਈ ਦਾ ਸੋਸ਼ੋਲੋਜਿਸਟ ਅਮੰਗ ਦਾ ਫੋਲੋਇੰਗ। ਦੇਖੋ ਆ, ਮੈਕਸ ਵੈਬਰ ਬਾਰੇ ਆਪਾਂ ਉੱਪਰ ਵੀ ਗੱਲ ਕੀਤੀ ਹੈ ਕਿ ਇਹ ਇੱਕ ਸੋਸ਼ੋਲੋਜਿਸਟ ਨੇ, ਇੱਥੇ ਵੀ ਉਹੀ ਆਂਸਰ ਹੈ ਜੀ ਇਹਦਾ, ਮੈਕਸ ਵੈਬਰ ਇਹ ਸੋਸ਼ੋਲੋਜਿਸਟ ਨੇ। 139ਵਾਂ ਕੁਐਸਚਨ ਹੈ ਜੀ, ਹੂ ਇੰਟਰੋਡਿਊਸ ਦਾ ਕਨਸੈਪਟ ਆਫ ਸੰਸਕ੍ਰਿਤੀਕਰਨ? ਸੰਸਕ੍ਰਿਤੀਕਰਨ ਦੀ ਧਾਰਨਾ ਦਾ ਪ੍ਰਤਿਪਾਦਨ ਕਿਸਨੇ ਕੀਤਾ ਸੀ? ਸੰਸਕ੍ਰਿਤੀਕਰਨ ਦੀ ਧਾਰਨਾ ਦਾ ਪ੍ਰਤਿਪਾਦਨ ਐਮ ਐਨ ਸ਼੍ਰੀਨਿਵਾਸ ਜੀ ਨੇ ਕੀਤਾ ਸੀ। ਐਮ ਐਨ ਸ਼੍ਰੀਨਿਵਾਸ ਜੀ ਨੇ ਕੀਤਾ ਸੀ ਜੀ। 139ਵੇਂ ਪ੍ਰਸ਼ਨ ਦਾ ਸਹੀ ਜਵਾਬ ਇਹ ਹੈ ਜੀ। 140ਵਾਂ ਕੁਐਸਚਨ ਹੈ ਜੀ, ਹੂ ਇਜ਼ ਦਾ ਮੇਨ ਆਥਰ ਆਫ ਓਪਨ ਦਾ ਸੋਸ਼ਲ ਸਾਇੰਸਿਸ? ਓਪਨ ਦਾ ਸੋਸ਼ਲ ਸਾਇੰਸਿਸ ਜਿਹੜੀ ਕਿਤਾਬ ਸੀ, ਇਹਦਾ ਮੇਨ ਲੇਖਕ ਕੌਣ ਸੀ ਜੀ? ਇਹਦਾ ਮੇਨ ਲੇਖਕ ਅਮੈਨੂਅਲ ਵੈਲਨਸਟੀਨ ਸੀ। ਅਮੈਨੂਅਲ ਵੈਲਨਸਟੀਨ ਸੀ। 140 ਪ੍ਰਸ਼ਨ ਦਾ ਉੱਤਰ ਸੀ ਹੈ ਜੀ। 141ਵਾਂ ਪ੍ਰਸ਼ਨ ਹੈ ਜੀ, ਸਮਾਜ ਵਿਗਿਆਨ ਦੇ ਪੁਨਰਗਠਨ ਤੇ ਗੁਲਬੈਕਨੀਆ ਬੈਨ ਸੋਰੀ ਸਮਾਜ ਵਿਗਿਆਨ ਦੇ ਪੁਨਰਗਠਨ ਤੇ ਗੁਲਬੈਨਕੀਆ ਕਮਿਸ਼ਨ ਦੀ ਰਿਪੋਰਟ ਨੇ ਸਿਫਾਰਿਸ਼ ਕੀਤੀ ਸੀ? 141ਵਾਂ ਪ੍ਰਸ਼ਨ ਦਾ ਆਂਸਰ ਹੈ ਜੀ, ਪ੍ਰੋਫੈਸਰਾਂ ਦੀ ਲਾਜ਼ਮੀ ਸਾਂਝੀ ਨਿਯੁਕਤੀ ਦੀ। 141 ਪ੍ਰਸ਼ਨ ਦਾ ਉੱਤਰ ਹੈ ਬੀ। 142ਵਾਂ ਪ੍ਰਸ਼ਨ ਹੈ ਜੀ, ਦਾ ਆਰਟੀਕਲ 14 ਜਾਂ ਕਹਿ ਲਓ ਆਰਟੀਕਲ 14 ਆਫ ਇੰਡੀਅਨ ਕੰਸਟੀਟਿਊਸ਼ਨ ਸਟੈਂਡਸ ਫਾਰ? ਇਹ ਆਰਟੀਕਲ ਜਿਹੜਾ 14 ਹੈ, ਇਹ ਸਾਨੂੰ ਪਤਾ ਹੈ ਜੀ ਰਾਈਟ ਟੂ ਇਕੁਐਲਿਟੀ ਦੇ ਨਾਲ ਜਾਂ ਸਮਾਨਤਾ ਦੇ ਅਧਿਕਾਰ ਦੇ ਨਾਲ ਸੰਬੰਧਿਤ ਹੈ। 142 ਪ੍ਰਸ਼ਨ ਦਾ ਉੱਤਰ ਏ ਹੈ ਜੀ। ਨੈਕਸਟ ਸਾਡੇ ਕੋਲ 143 ਪ੍ਰਸ਼ਨ ਹੈ ਜੀ, ਮੰਡਲ ਕਮਿਸ਼ਨ ਕਿਸ ਦੇ ਮਸਲਿਆਂ ਨਾਲ ਸੰਬੰਧਿਤ ਸੀ? ਜਿਹੜਾ ਮੰਡਲ ਕਮਿਸ਼ਨ ਸੀ, ਇਹਨੂੰ ਆਪਾਂ ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਕਲਾਸਿਸ ਕਮਿਸ਼ਨ ਦੇ ਨਾਂ ਨਾਲ ਵੀ ਜਾਣਦੇ ਹਾਂ।
socially and educationally backward classification ਦੇ ਨਾਲ ਨਾਲ ਵੀ ਜਾਣਦੇ ਹਾਂ। 1 ਜਨਵਰੀ 1979 ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਸੀ ਸਾਡੇ ਮੁਰਾਰਜੀ ਦਸਾਈ, ਉਹਨਾਂ ਨੇ ਇਹਨੂੰ ਬਣਵਾਇਆ ਸੀ। ਇਹ ਸੰਬੰਧਿਤ ਸੀ ਬੈਕਵਰਡ ਕਲਾਸਿਸ ਦੇ ਨਾਲ। 143 ਪ੍ਰਸ਼ਨ ਦਾ ਉੱਤਰ ਹੈ ਜੀ ਡੀ। 144ਵਾਂ ਪ੍ਰਸ਼ਨ ਹੈ ਜੀ, ਵਿਚ ਸਟੇਟ ਡਜ ਦਾ ਡੀ ਐਮ ਕੇ ਪਾਰਟੀ ਬਿਲੋਂਗ ਟੂ। ਡੀ ਐਮ ਕੇ ਪਾਰਟੀ ਕਿਸ ਰਾਜ ਨਾਲ ਸੰਬੰਧ ਹੈ ਰੱਖਦੀ ਹੈ? ਡੀ ਐਮ ਕੇ ਪਾਰਟੀ ਸਾਊਥ ਦੇ ਵਿੱਚ ਇੱਕ ਬੜੀ ਪ੍ਰਮੁੱਖ ਪਾਰਟੀ ਹੈ। ਇਹ ਤਮਿਲਨਾਡੂ ਰਾਜ ਦੇ ਨਾਲ ਸੰਬੰਧ ਰੱਖਦੀ ਹੈ ਜੀ। 145ਵਾਂ ਪ੍ਰਸ਼ਨ ਹੈ ਜੀ, ਵੈਨ ਵਾਜ ਪੰਜਾਬ ਰੈਕੋਗਨਾਈਜ਼ਡ ਔਨ ਦਾ ਬੇਸਿਸ ਆਫ ਲੈਂਗੁਏਜ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦਾ ਜਿਹੜਾ ਲੈਂਗੁਏਜ ਦੇ ਆਧਾਰ ਤੇ ਪੁਨਰਗਠਨ ਹੋਇਆ ਸੀ, ਪੰਜਾਬ ਦੇ ਵਿੱਚੋਂ ਹਰਿਆਣੇ ਨੂੰ ਹਿਮਾਚਲ ਨੂੰ ਵੱਖ ਕੀਤਾ ਗਿਆ ਸੀ, ਇਹ ਕਦੋਂ ਕੀਤਾ ਗਿਆ ਸੀ? 1966 ਦੇ ਵਿੱਚ, 1966 ਦੇ ਵਿੱਚ ਕੀਤਾ ਗਿਆ ਸੀ। 1 ਨਵੰਬਰ ਨੂੰ ਆਪਾਂ ਪੰਜਾਬ ਡੇ ਵੀ ਇਸੇ ਗੱਲ ਕਰਕੇ ਮਨਾਉਂਦੇ ਹਾਂ। 145ਵੇਂ ਪ੍ਰਸ਼ਨ ਦਾ ਉੱਤਰ ਹੈ ਜੀ ਡੀ। ਇਸ ਤੋਂ ਬਾਅਦ 146ਵਾਂ ਪ੍ਰਸ਼ਨ ਹੈ ਜੀ, ਬਲਵੰਤ ਰਾਏ ਜੀ ਮਹਿਤਾ ਰਿਪੋਰਟ ਸੰਬੰਧਿਤ ਹੈ। ਜਿਹੜੀ ਬਲਵੰਤ ਰਾਏ ਮਹਿਤਾ ਰਿਪੋਰਟ ਸੀ, ਇਹ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਸੀ। 146ਵੇਂ ਪ੍ਰਸ਼ਨ ਦਾ ਉੱਤਰ ਹੈ ਜੀ ਏ। 147ਵਾਂ ਪ੍ਰਸ਼ਨ ਹੈ ਜੀ, ਧਰਤੀ ਦੀ ਸਭ ਤੋਂ ਉੱਪਰਲੀ ਪਰਤ ਦੀ ਪਛਾਣ ਕਰੋ। ਜਿਹੜੀ ਧਰਤੀ ਦੀਆਂ ਚਾਰ ਪਰਤਾਂ ਨੇ, ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਉੱਪਰਲੀ ਪਰਤ ਹੈ ਉਹਨੂੰ ਆਪਾਂ ਪੇਪੜੀ ਵੀ ਕਹਿੰਦੇ ਹਾਂ। ਇਹ ਸਭ ਤੋਂ ਉੱਪਰਲੀ ਪਰਤ ਹੈ। ਇਸ ਤੋਂ ਨੀਚੇ ਹੁੰਦੀ ਹੈ ਮੈਂਟਲ, ਠੀਕ ਹੈ ਜੀ, ਤੇ ਸੈਂਟਰ ਦੇ ਵਿੱਚ ਹੁੰਦੀ ਹੈ ਇਹ ਜਿਹੜੀ, ਇਸ ਤੋਂ ਬਾਅਦ ਕੋਰ ਹੁੰਦੀ ਹੈ। ਸਭ ਤੋਂ ਅੰਦਰਲੀ ਪਰਤ ਕਿਹੜੀ ਹੁੰਦੀ ਹੈ? ਕੋਰ, ਠੀਕ ਹੈ। 147 ਪ੍ਰਸ਼ਨ ਦਾ ਉੱਤਰ ਹੈ ਜੀ ਪੇਪੜੀ ਸੀ। 148ਵਾਂ ਪ੍ਰਸ਼ਨ ਹੈ ਜੀ ਕਿ ਪ੍ਰਿਥਵੀ ਕਾਲ ਵਿੱਚ ਕਿਹੜੇ ਗ੍ਰਹਿ ਤੇ ਸਭ ਤੋਂ ਛੋਟਾ ਸਾਲ ਹੁੰਦਾ ਹੈ? ਜੀ ਜਿਹੜਾ ਬੁੱਧ ਹੈ, ਇਹ ਸੂਰਜ ਦੇ ਦੁਆਲੇ 88 ਦਿਨਾਂ ਦੇ ਵਿੱਚ ਆਪਣਾ ਇੱਕ ਚੱਕਰ ਪੂਰਾ ਕਰ ਦਿੰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਬੁੱਧ ਦੇ ਵਿੱਚ ਧਰਤੀ ਦੇ ਸਮੇਂ ਅਨੁਸਾਰ 88 ਦਿਨਾਂ ਦਾ ਸਾਲ ਹੁੰਦਾ ਹੈ, ਠੀਕ ਹੈ। 148ਵੇਂ ਪ੍ਰਸ਼ਨ ਦਾ ਉੱਤਰ ਹੈ ਜੀ ਬੁੱਧ, ਇਹ ਆਪਸ਼ਨ ਸਹੀ ਹੈ ਜੀ। 149ਵਾਂ ਪ੍ਰਸ਼ਨ ਹੈ ਜੀ, ਧਰਤੀ ਉੱਪਰ ਕਿਹੜਾ ਸਭ ਤੋਂ ਛੋਟਾ ਮਹਾਂਦੀਪ ਹੈ? ਜੀ ਜਿਹੜੇ ਧਰਤੀ ਦੇ ਮਹਾਂਦੀਪ ਨੇ, ਧਰਤੀ ਦੇ 7 ਮਹਾਂਦੀਪ ਨੇ, ਇਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਏਸ਼ੀਆ ਹੈ ਜੀ, ਦੂਸਰੇ ਨੰਬਰ ਤੇ ਅਫਰੀਕਾ ਹੈ, ਤੀਸਰੇ ਨੰਬਰ ਤੇ ਨੌਰਥ ਅਮੈਰੀਕਾ ਹੈ, ਨੌਰਥ ਅਮੈਰੀਕਾ ਹੈ ਤੀਸਰੇ ਨੰਬਰ ਤੇ, ਚੌਥੇ ਨੰਬਰ ਤੇ ਸਾਊਥ ਅਮੈਰੀਕਾ ਹੈ, ਪੰਜਵੇਂ ਨੰਬਰ ਤੇ ਐਂਟਾਰਕਟਿਕਾ ਹੈ, ਤੇ 6ਵੇਂ ਨੰਬਰ ਤੇ ਯੂਰਪ ਹੈ, ਇਹ 6ਵੇਂ ਨੰਬਰ ਤੇ ਹੈ ਜੀ, ਤੇ 7ਵੇਂ ਨੰਬਰ ਤੇ ਆਸਟ੍ਰੇਲੀਆ। ਸਭ ਤੋਂ ਛੋਟਾ ਮਹਾਂਦੀਪ ਆਸਟ੍ਰੇਲੀਆ ਜੀ। 149 ਪ੍ਰਸ਼ਨ ਦਾ ਉੱਤਰ ਹੈ ਜੀ ਸੀ। 150ਵਾਂ ਕੁਐਸਚਨ ਹੈ ਜੀ, ਤਿੰਨ ਪਾਸਿਆਂ ਤੋਂ ਸਮੁੰਦਰ ਦੁਆਰਾ ਘਿਰਿਆ ਹਿੱਸਾ ਜਾਣਿਆ ਜਾਂਦਾ ਹੈ, ਇਹਨੂੰ ਆਪਾਂ ਕਹਿੰਦੇ ਹਾਂ ਜੀ ਪ੍ਰਾਇਦੀਪ। ਕੀ ਕਹਿੰਦੇ ਹਾਂ ਇਹਨੂੰ ਆਪਾਂ? ਪ੍ਰਾਇਦੀਪ। ਇਸ ਦੇ ਨਾਲ ਹੀ ਅਸੀਂ ਸੋਸ਼ਲ ਸਟੱਡੀ ਦੇ ਜਿਹੜੇ 60 ਕੁਐਸਚਨ ਆਏ ਸੀ ਪੰਜਾਬ ਟੈਟ 2018 ਦੇ ਵਿੱਚ, ਉਹ ਸਾਰੇ ਸੋਲਵ ਕੀਤੇ ਨੇ। ਉਮੀਦ ਹੈ ਕਿ ਤੁਹਾਨੂੰ ਪਸੰਦ ਆਏ ਹੋਣਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਸਾਡੇ ਨਾਲ ਜੁੜੇ ਰਹੋ, ਅਤੇ ਬੈਲ ਦਾ ਆਈਕਨ ਜ਼ਰੂਰ ਦਬਾਇਓ ਜਿਹਦੇ ਨਾਲ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ।